स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड लंडे बाघा पुराणा इहनू तहसील पैंदी है जिला मोगा समालसर तो सीधी सड़क लंडे पिंड वेजी होकर अगे भलूर नू जांदी है रोडे पिंड भी इहदे नेड़े ही है। जिहड़े घर चो वीडियो बना रहे हैं दोस्तों वीर कोल पशु काफ़ी सारे घरे रखे है इन्हां दे विचों अज तीन नग विकाऊ है जिहदे च इक झोटी बहुत सोहणी है ताज़ी सूई भी एक गां दोस्तों तोकड़ ये तो अगे एक होर मज खड़ी थोनू दिसूगी वह भी फॉर सेल है तीन नग थोनू दिखाऊंगा वीडियो नू एंड तक देखियो। एक बेनती है भी जिन्हें भी पशु खरीदना क्योंकि तिने सूए सवाए पशु है दुध बेशक दो टाइम इत्थे चो के देख लो जिन्ना भीर दसूगा आपकी तसली करना थोड़ा हक है वह तुसी कर सकते होंगे। आओ गलबात करते हैं भाई इन्हां इस गां बारे पहला पुछांगे बाद च दूजे नग थोनू दिखाने। ਬਾਈ ਸਤਿ ਸ੍ਰੀ ਅਕਾਲ ਨਾਮ ਦੱਸੀ ਵੀਰ ਜਸਪ੍ਰੀਤ ਸਿੰਘ ਜੀ ਠੀਕ ਹੈ ਜਸਪ੍ਰੀਤ ਬਾਈ ਆ ਜਿਹੜੀ ਗਾਂ ਆਪਾਂ ਗਾਂ ਵਕਾਊ ਕੀਤੀ ਹੈ ਕਿੰਨਵਾਂ ਸੂਆ ਸੂਈ ਇਹ ਪਹਿਲਾ ਸੂਆ ਸੂਈ ਆ ਬਾਈ ਜੀ ਆ ਬੱਚਾ ਇਹਦਾ ਹੀ ਹੈ ਬਾਈ ਜਿਹੜੀ ਬੱਚੀ ਹਾਂਜੀ ਇਸੇ ਦੀ ਬੱਚੀ ਆ ਜੀ ਠੀਕ ਹੈ ਅੱਛਾ ਦੁੱਧ ਹੁਣ ਕਿੰਨਾ ਇਹਦੇ ਥੱਲੇ 14 ਕਿਲੋ ਆ ਜੀ 14 ਕਿਲੋ ਦੁੱਧ ਹੈ ਹਾਂਜੀ ਸੂਈ ਨੂੰ ਟਾਈਮ ਅੰਦਾਜ਼ਾ ਕਿੰਨਾ ਹੋ ਗਿਆ ਇਹਨੂੰ 3 ਮਹੀਨੇ 2.5 ਮਹੀਨੇ ਹੋ ਗਏ 2.5 3 ਮਹੀਨੇ ਹੋਏ ਆ ਠੀਕ ਹੈ ਗੱਬਨ ਨਹੀਂ ਹੋਈ ਹੈ ਜੀ ਨਹੀਂ ਗੱਬਨ ਵੀ ਤਾਂ ਹੀਟ ਕੱਢੀ ਸੀ ਤੇ ਗਰਮੀ ਸੀ ਟੀਕਾ ਭਰਾਇਆ ਨਹੀਂ ਠੀਕ ਹੈ ਰੇਟ ਇਹਦਾ ਕੀ ਰੱਖਿਆ ਵੀਰੇ ਰੇਟ ਇਹਦਾ ਜੀ 40,000 ਰੁਪਏ ਜੀ ਬੰਨੀ ਨੂੰ ਤੋਰੀ ਪਈ ਉਧਰ ਨੂੰ ਦੋਸਤੋ 40,000 ਰੇਟ ਹੈ ਬੱਚਾ ਇਹਦੇ ਨਾਲ ਵੱਛੀ ਜਿਹੜੀ ਨਾਲ ਖੜੀ ਐਸੇ ਦੀ ਹੈ 40,000 ਰੇਟ ਹੈ ਤੇ 14 ਕਿਲੋ ਦੁੱਧ ਵੀਰ ਕਹਿੰਦਾ ਇਸ ਟਾਈਮ ਇਹਦੇ ਥੱਲੇ ਦੋਵਾਂ ਟਾਈਮਾਂ ਦਾ ਹੈਗਾ ਹਵਾਨਾ ਚੰਗਾ ਦਿਖਾਉਂਦੀ ਹੈ ਤੇ ਸਵੇਰ ਵੀਡੀਓ ਬਣਾ ਰਹੇ ਆ ਚਵਾਈ ਤੋਂ ਪਹਿਲਾਂ ਬਾ ਮੋੜ ਲਾ ਬਾਈ ਸੋ ਜਿਹਨੂੰ ਪਸੰਦ ਆਵੇ ਦੋਸਤੋ ਦੁੱਧ ਬੇਸ਼ੱਕ ਦੋ ਟਾਈਮ ਆਉਂਦਾ ਤੁਸੀਂ ਇੱਥੇ ਚੋ ਕੇ ਦੇਖ ਲਿਓ 14 ਕਿਲੋ ਇਸ ਟਾਈਮ ਦੁੱਧ ਦੇ ਰਹੀ ਹੈ ਇਹ ਤੋਕੜ ਗਾਂ ਗੱਬਣ ਗਰਮੀ ਸੀਗੀ ਵੀਰ ਕਹਿੰਦਾ ਟੀਕਾ ਇਹਦੇ ਭਰਾਇਆ ਨਹੀਂ ਗਾ ਤੇ ਗਰਮੀ 'ਚ ਗਾਵਾਂ ਗੱਬਣ ਕਰਾਉਣ 'ਚ ਦਿੱਕਤ ਵੀ ਆਉਂਦੀ ਕੰਸੀਵ ਰੇਟ ਘੱਟ ਜਾਂਦਾ ਇਹਦੇ ਨਾਲ ਬੱਚਾ ਵੱਛੀ ਦੋਸਤੋ ਸਾਹਮਣੇ ਜਿਹੜੀ ਖੜੀ ਖੁਰਲੀ ਤੋਂ ਪੱਠੇ ਖਾਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਇੱਕ ਇੱਧਰ ਦੋਸਤੋ ਬਹੁਤ ਸੋਹਣੀ ਝੋਟੀ ਵੀ ਹੈ ਜਸਪ੍ਰੀਤ ਬਾਈ ਇਹ ਝੋਟੀ ਕਿੰਨਵਾਂ ਸੂਆ ਇਹ ਪਹਿਲਾਂ ਹੈ ਦੰਦੋ ਕਿਵੇਂ ਹੋਊਗੀ ਜਾਂ ਉਮਰ ਦਾ ਅੰਦਾਜ਼ਾ ਕੋਈ ਇਹਦੀ 4 ਦੰਦ ਹੋਊਗੀ ਜੀ 4 ਦੰਦ ਹੋਊਗੀ ਅੰਦਾਜ਼ਾ 264 ਦੀ ਆਪ ਆ ਇਹ ਕਿਹੜੇ ਦੀ BM 264 ਤੇ M451 ਦੀ ਕੱਟੀ ਹੈ ਜੀ M451 ਦੀ ਕੱਟੀ ਦਿੱਤੀ ਹੈ ਅੱਛਾ ਦਿਨ ਕਿੰਨੇ ਹੋ ਗਏ ਬਾਈ ਸੂਈ ਨੂੰ ਦਿਨ ਇਹਨੂੰ 10 ਹੋ ਗਏ ਸੂਈ ਨੂੰ ਦੁੱਧ ਹੁਣ ਕਿੰਨਾ ਦੁੱਧ 11 ਕਿਲੋ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 95,000 ਲੈਣ ਦੇਣ ਹੈ ਠੀਕ ਹੈ ਦੱਸੋ 10 ਕਿਲੋ ਦੁੱਧ ਤਿਆਰ ਕਰ ਗਈ ਹੈ 10 ਕਿਲੋ ਹੀ ਦੱਸਿਆ ਸੀ ਨਾ ਹਾਂ ਜੀ ਠੀਕ ਹੈ ਬੱਚਾ ਨਾਲ ਕੱਟੀ ਹੈ M451 ਦੀ ਤੇ ਇਹ BM 264 ਦੀ ਸੈਗ ਵਾਲਾ ਬੁੱਲ ਆ ਦੋਸਤੋ ਸੈਗ ਕੰਪਨੀ ਵੱਲੋਂ ਸੀਮਣ ਆਉਂਦਾ BM 264 ਉਹਦੀ ਧੀ ਆ ਬੰਦ ਹਵਾਨੇ 'ਚ ਹੈ ਜਿੰਨਾ ਵੀ ਹਵਾਨਾ ਉਹ ਪੱਟਾਂ ਦੇ ਸੰਨ 'ਚ ਹੀ ਹੈ ਅਗਾੜੀ ਜਿਹੜੀ ਅਗਲੇ ਪਾਸੇ ਨੂੰ ਚੰਗਾ ਹਵਾਨਾ ਦਿਖਾ ਰਹੀ ਹੈ ਬਾਕੀ ਤੁਸੀਂ ਇੱਥੋਂ ਦੇਖ ਸਕਦੇ ਹੋ ਚਵਾਈ ਤੋਂ ਪਹਿਲਾਂ ਦੀ ਵੀਡੀਓ ਹੈ ਲੈ ਚੱਲ ਬਈ ਥਣ ਸੋਹਣੇ ਆ ਕੋਈ ਥਣਾਂ 'ਚ ਤੁਹਾਨੂੰ ਪਸਮਾ ਨਹੀਂ ਦਿਸਣਾ ਕਿਉਂਕਿ ਨੋਰਮਲ ਟਾਈਮ ਦੇ ਉੱਤੇ ਵੀਡੀਓ ਬਣਾ ਰਹੇ ਹਾਂ ਸਵੇਰ ਦਾ ਟਾਈਮ 7:30 ਦੇ ਆਸ ਪਾਸ ਦਾ ਟਾਈਮ ਹੈ ਇਸ ਟਾਈਮ ਜਿਹੜਾ ਹੁੰਦਾ ਸੋ ਇਹ ਪਹਿਲਾਂ ਝੋਟੀ ਦੋਸਤੋ 95,000 ਇਹਦਾ ਰੇਟ ਬਾਈ ਨੇ ਕੀਤਾ ਬਾਕੀ ਮਾਨ ਤੁਹਾਨੂੰ ਮੌਕੇ ਤੇ ਥੋੜਾ ਬਹੁਤ ਹੋ ਜਾਊਗਾ ਜਿਹਨੂੰ ਪਸੰਦ ਆਵੇ ਪਿੱਠ ਪੁੜੇ ਦੀ ਵੀ ਸੋਹਣੀ ਹੈ ਤੇ ਮੂੰਹ ਮੱਥੇ ਦੀ ਵੀ ਬਹੁਤ ਸੁਨੱਖੀ ਝੋਟੀ ਹੈ ਇਹ ਪਹਿਲਾਂ ਤੇ ਨਾਲ ਕੱਟੀ ਜਿਹੜੀ ਹੈ ਦੋਸਤੋ M451 ਦੀ ਇਹਦੇ ਥੋੜੇ ਬਹੁਤੇ ਵਾਲ ਪੂਸਟ ਵਾਈਟ ਹੈ ਬਾਕੀ ਢਾਂਚਾ ਤੁਸੀਂ ਦੇਖੋਗੇ ਰੰਗ ਰੂਪ ਦੇਖੋਗੇ ਬਹੁਤ ਸੋਹਣਾ ਹੈ ਇਹਦਾ ਥਣ ਕੱਟੀ ਦੇ ਵੀਰ ਕਹਿੰਦਾ ਬਹੁਤ ਸੋਹਣੇ ਇੱਕ ਇਧਰ ਮੱਝ ਵੀ ਵਕਾਊਗਾ ਜਸਪ੍ਰੀਤ ਬਾਈ ਇਹ ਕਿੰਨਾ ਸੂਆ ਇਹ ਤੀਜਾ ਸੂਆ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਈ 12-13 ਦਾ ਦੁੱਧ ਹੁਣ ਕਿੰਨਾ 10 ਕਿਲੋ ਦੁੱਧ ਹੀ ਹੈ ਥੱਲੇ ਇਹਦਾ ਰੇਟ ਕੀ ਰੱਖਿਆ ਬਈ ਇਹਦਾ ਰੇਟ 75,000 ਜੀ ਤੋਰੀ ਬਈ ਕੱਟੀ ਹੈ ਇਹਦੇ ਨਾਲ ਵੀ ਬੱਚਾ ਇਹਦੇ ਨਾਲ ਕੱਟੀ ਹੈ ਇਹ ਕਿਹੜੇ ਕਿਹੜੇ ਸੀਮਨ ਦੀ ਇਹ ਸੈਕ ਦੇ ਸੀਮਨ ਦੀ ਹੈ ਜੀ ਸੈਕ ਦੇ ਤੋਰੀ ਬਈ ਦੋਸਤੋ 10 ਕਿਲੋ ਹੀ ਇਹਦੇ ਥੱਲੇ ਦੁੱਧ ਹੈ ਅੱਜ 10 ਕੁ ਦਿਨ ਵੀਰ ਦੱਸਦਾ ਵੀ ਸੂਈ ਨੂੰ ਹੋ ਗਏ ਆ ਬਾਲਾ ਵੱਡਾ ਕੱਦ ਨਹੀਂ ਕੱਦ ਦਰਮਿਆਨ ਨਹੀਂ ਹੈ ਹਵਾਨਾ ਅਗਲੇ ਪਾਸੇ ਨੂੰ ਵੱਧ ਦਿਖਾਉਂਦੀ ਰੇਟ 75,000 ਹੈ ਦੁੱਧ 10 ਕਿਲੋ ਤੁਸੀਂ ਬੇਸ਼ੱਕ ਦੋ ਟਾਈਮ ਛੋ ਲਿਓ ਜੀ ਉਹ ਇਹਦੇ ਥੱਲੇ ਇਸ ਟਾਈਮ ਤਿਆਰ ਆ ਇਹਦੇ ਨਾਲ ਵੀ ਬੱਚਾ ਕੱਟੀ ਹੈ ਲਿਆ ਬਈ ਵਾਪਸ ਕੱਟੀ ਸੈਗ ਦੇ ਕਿਸੇ ਬੁੱਲ ਦੀ ਹੈ ਬਾਕੀ ਉਹ ਨੰਬਰ ਨਹੀਂ ਵੀਰ ਨੇ ਬੋਲਿਆ ਕੋਈ ਵੀ ਉਹਦਾ ਇਹਦਾ ਰੇਟ 75,000 ਹੈ
ਸੋ ਅੱਜ ਜਿਹੜੀ ਵੀਡੀਓ ਦੋਸਤੋ ਵੀਰ ਕੋਲ ਬਣਾ ਰਹੇ ਸੀ ਉਹਦੇ ਚ ਇਹੀ ਤਿੰਨ ਨਾਗ ਸੀਗੇ ਵਿਕਰੀ ਵਾਲੇ ਜਿਹੜੇ ਤੁਹਾਨੂੰ ਦਿਖਾਏ ਆ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਚੋ ਕੇ ਦੇਖ ਸਕਦੇ ਹੋ 10-12 ਦਿਨਾਂ ਦੀ ਸੂਈ ਮੱਝ ਥੱਲੇ 10 ਕਿਲੋ ਦੁੱਧ 75,000 ਰੇਟ ਇੱਧਰ ਇੱਕ ਝੋਟੀ ਹੈ ਇਹਦੇ ਥੱਲੇ ਵੀ 10 ਕਿਲੋ ਦੁੱਧ ਤਿਆਰ ਆ ਪਹਿਲਾਂ ਸੂਆ ਸੋਹਣੀ ਸੁਨੱਖੀ ਹੈ 95,000 ਰੇਟ ਹੈ ਅਤੇ ਇੱਕ ਇੱਧਰ ਗਾਂ ਦੋਸਤੋ 14 ਕਿਲੋ ਦੁੱਧ ਹੈ ਇਸ ਟਾਈਮ ਬਾਈ ਦੱਸਦਾ ਵੀ ਹਾਜ਼ਰ ਹੈ ਤੁਸੀਂ ਚੋ ਕੇ ਦੇਖ ਸਕਦੇ ਹੋ ਰੇਟ ਇਹਦਾ ਜਿਹੜਾ ਰੱਖਿਆ ਉਹ 40,000 ਹੈ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ